ਸੰਗਰੂਰ ਦੀ ਪੁਲਿਸ ਨੇ ਪੰਜਾਬ ਹਰਿਆਣਾ ਤੇ ਰਾਜਸਥਾਨ ਵਿੱਚ ਏਟੀਐਮ ਬਦਲ ਕੇ ਲੋਕਾਂ ਦੇ ਨਾਲ ਧੋਖਾ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਇਸ ਗਿਰੋਹ ਦੇ ਸਰਗਨਾ ਵਿਜੇ ਕੁਮਾਰ ਨੂੰ ਪੁਲਿਸ ਵੱਲੋਂ ਨਾਕਾ ਲਗਾ ਕੇ ਗ੍ਰਿਫਤਾਰ ਕੀਤਾ ਗਿਆ। ਪੁਲਿਸ ਨੇ ਦੋਸ਼ੀ ਦੇ ਕੋਲੋਂ 57 ਏਟੀਐਮ ਕਾਰਡ ਅਤੇ ਕਾਰ ਵੀ ਪ੍ਰਾਪਤ ਕੀਤੀ ਹੈ, ਜਦਕਿ ਇੱਕ ਦੋਸ਼ੀ ਅਜੇ ਫਰਾਰ ਦੱਸਿਆ ਜਾ ਰਿਹਾ। ਵਿਜੇ ਕੁਮਾਰ ਆਪਣੇ ਇੱਕ ਸਾਥੀ ਸੰਜੇ ਦੇ ਨਾਲ ਮਿਲ ਕੇ ਏਟੀਐਮ ਖੁਦ ਲੈ ਲੈਂਦਾ ਸੀ ਅਤੇ ਆਪਣੇ ਕੋਲ ਲੋਕਾਂ ਦੇ ਪਹਿਲਾਂ ਤੋਂ ਠੱਗੇ ਗਏ ਏਟੀਐਮ ਉਹਨਾਂ ਨੂੰ ਥਮਾਉਂਦਾ ਸੀ। ਇਸ ਤੋਂ ਬਾਅਦ ਹਾਸਲ ਕੀਤੇ ਏਟੀਐਮ ਚੋਂ ਉਹ ਪੈਸੇ ਕੱਢ ਲੈਂਦਾ ਸੀ। ਪੁਲਿਸ ਨੇ ਇਸ ਦੇ ਕੋਲੋਂ ਲੋਕਾਂ ਦੇ ਵੱਖ ਵੱਖ ਬੈਂਕਾਂ ਦੇ 57 ਏਟੀਐਮ ਕਾਰਡ ਅਤੇ ਇੱਕ ਕਾਰ ਵੀ ਬਰਾਮਦ ਕੀਤੀ ਹੈ। ਹਾਲਾਂਕਿ ਇਸ ਦਾ ਸਾਥੀ ਸੰਜੇ ਅਜੇ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਦੱਸਿਆ ਜਾ ਰਿਹਾ। ਕਾਰਡ ਮਿਲੇ ਹੈ ਇਹਨਾਂ ਦੇ ਕੋਲੇ 17 ਵਾਰਦਾਤਾਂ ਇਹਨਾਂ ਨੇ ਹਰਿਆਣੇ ਦੇ ਵਿੱਚ ਕੀਤੀਆਂ ਹੋਈਆਂ, 11 ਵਾਰਦਾਤਾਂ ਰਾਜਸਥਾਨ ਕੀਤੀਆਂ ਹੋਈਆਂ ਅਤੇ ਲਗਭਗ 6 ਵਾਰਦਾਤਾਂ 2 ਮਹੀਨੇ ਤੋਂ ਇਹ ਜ਼ਮਾਨਤ 'ਤੇ ਆਏ ਹੋਏ। 6 ਵਾਰਦਾਤਾਂ ਸਾਡੇ ਭਿੱਖੀ ਸਨਾਮ ਪਾਤੜਾਂ ਅਤੇ ਇਹ ਇਸ ਮਤਲਬ ਮਾਨਸਾ ਸੰਗਰੂਰ ਅਤੇ ਪਟਿਆਲਾ ਜ਼ਿਲ੍ਹਿਆਂ ਦੇ ਵਿੱਚ ਇਹਨਾਂ ਨੇ ਇਹ ਕਰਤੀਆਂ ਸੀ।